ਦੱਸੋ, ਹਰ ਬੰਦੇ ਦਾ ਤਾਂ ਇਤਨਾ ਮੁਤਾਲਿਆ ਹੁੰਦਾ ਨਹੀਂ, ਕੋਈ ਇੱਕ ਦੋ ਐਸੇ ਸਵਾਲ ਦੱਸੋ ਜਿਹੜੇ ਨਿਰਦਈਆਂ ਦੇ ਹਵਾਲੇ ਨਾਲ ਆਉਣਾ, ਬੰਦੇ ਨੂੰ ਅਗਰ ਚੱਕਰ ਦੇ ਕੋਈ ਇੱਕ ਦੋ ਸਵਾਲ ਐਸੇ ਕੀਤੇ ਜਾਣ ਲਾਜਵਾਬ ਹੋ ਜਾਣ। ਆਪਣੇ ਖਾਤੀ ਵਿੱਚ ਇਹਨਾਂ ਫੈਸਲਾਬਾਦ ਜੀ ਤੁਹਾਡੇ ਮਰਦਾ ਸਾਹਿਬ ਜੀ ਸੀ ਨਾ, ਅਬਦੁਲ ਕਰੀਮ ਜੀ ਲੜਕਾ ਜੋ ਅਰਸ਼ਦ ਜੀ ਸੀ, ਇਹ ਕੁਛ ਗੁਮਰਾਹ ਹੁੰਦੇ ਜਾਣ ਮੁੜ ਕੇ ਕਿਸੇ ਨੇ ਦੱਸਿਆ ਮਾਲੀ ਸਾਥ ਨੂੰ ਮਿਲੋ ਯਾਰ ਦੇ ਮਰਦੀਆਂ ਦਾ ਕੋਈ ਸਮਝਣਾ ਮੇਰੇ ਕੋਲ ਆ ਗਿਆ, ਮੁੜ ਕੇ ਲੜਕੇ ਕਹਿਣਗੇ ਤੁਸੀਂ ਇਹਨਾਂ ਨਾਲ ਗੱਲ ਕਰੋ, ਆਖਰੀ ਇਹ ਹੁੰਦੀ ਨਾ ਉਹਨਾਂ ਨਾਲ ਗੱਲ ਕਰੋ, ਮੈਂ ਬਿਲਕੁਲ ਉਹਨੂੰ ਤਿਆਰ ਕਰ ਲਓ ਗੱਲ ਹੋਊ। ਸ਼ਹਿਰ ਚੋਂ ਮੈਂ ਦੱਸ ਦਿੱਤਾ, ਸ਼ਹਿਰ ਦੇ ਵੀ ਜਿਹੜੇ ਸੀ ਉਹਨਾਂ ਦੇ ਮੁਬਸ਼ਰ ਔਰ ਜਿਹੜੇ ਜ਼ਿਲ੍ਹੇ ਦੇ ਵੀ ਇੰਚਾਰਜ ਸੀ ਸਾਰੇ ਇਕੱਠੇ ਹੋ ਜਾਣ ਸੁਬਾਹ ਬਾਹਰ। ਉੱਥੇ ਮੈਂ ਫਿਰ ਵੇਖਿਆ ਵੀ ਮਹੱਲਾ ਹੀ ਤਕਰੀਬਨ ਵਾਲਾ ਸੀ, ਸਾਰੇ ਉੱਤੇ ਥਾਂ ਰਹਿੰਦੇ ਸੀ, ਮਸਜਿਦ ਵੀ ਇੱਕ ਬਣਾਈ ਉਹਨੇ। ਮੈਂ ਅੱਜ ਬਹਿ ਗਿਆ, ਮੈਂ ਉਹਨੂੰ ਤੌਰ ਨਹੀਂ ਕਰਨ ਦਿੱਤੀ, ਮੈਨੂੰ ਪਤਾ ਸੀ ਕਿ ਮੈਂ ਰੱਬੇ ਜੀ ਗਿਆ ਛੋਟਾ ਹੁੰਦਾ ਜਾਂਦਾ, ਮੇਰੇ ਉਸਤਾਦ ਕਾਦੀਆਨੀ ਸੀ ਮਦਰ ਦੇਵਨੀ, ਮੈਂ ਉਹਨਾਂ ਦਾ ਵੀ ਸਾਰਾ ਪੜਿਆ, ਮੈਨੂੰ ਬਚਪਨ ਤੋਂ ਉਹਨਾਂ ਨੇ ਪੜਾਇਆ ਸੀ ਜੋ ਜ਼ਹਿਨੀ ਆ, ਅਤੇ ਰੱਬ ਆ ਜੀ ਮੈਂ ਦੱਸਿਆ ਸਾਰਾ, ਮੈਂ ਚਰਾਚੀ ਜਾਂਦਾ ਪਿੱਛੇ ਲੈਣੀ ਗਲੀ ਸਾਰਾ ਸਾਨੂੰ ਗੰਡਾ ਮਰੇ, ਬਸ ਉਹਦੇ ਵੀ ਸਾਰਾ ਵਕਤ ਜ਼ਾਇਆ ਕਰ ਦੇਣਾ, ਕੁਛ ਨਹੀਂ ਬਣਦਾ, ਇਹ ਖਾਤੀ ਯਾਦ ਰੱਖਣਾ। ਫਿਰ ਉਹਦੀ ਗੱਲ ਬਣਦਾ, ਮੈਂ ਆਖਿਆ ਗੱਲ ਇਹ ਭਰਾ ਕਿ ਮੈਂ ਇਸਲਾਮ ਨੂੰ ਛੱਡੂ, ਮੈਂ ਇਸ ਦਿਨ ਨੂੰ ਛੱਡ ਜਾਣ ਲੱਗਾ, ਮੇਰੀ ਕੋਈ ਮੌਤ ਕਰੋ ਹੈਰਾਨ ਹੋ ਗਿਆ। ਇਹ ਗੱਲ ਤੇ ਮਰ ਗਈ ਵੀ ਉਹਨੂੰ, ਮੈਨੂੰ ਹੀ ਮੈਂ ਦੀਨ ਨੂੰ ਛੱਡੀ, ਗੱਲ ਕੀ ਹੈ ਮੈਂ ਇਸ ਤੋਂ, ਅਤੇ ਮੈਂ ਯਾਰ ਫਲਸਫੀ ਪੜ੍ਹੇ, ਸਾਇੰਸ ਵੀ ਪੜ੍ਹੀ, ਈਸਾਈਆਂ ਦਾ ਵੀ ਪੜ੍ਹਿਆ, ਗਿਰਜਾ ਗਿਆ, ਯਹੂਦੀਆਂ ਦਾ ਵੀ ਪੜ੍ਹਿਆ, ਹਿੰਦੂਆਂ ਦਾ ਵੀ ਵੇਦ ਪੜ੍ਹੇ, ਦੁਨੀਆਂ ਮੈਂ ਗ੍ਰੋਹ ਵੇਖਿਆ ਵੀ ਜਿਹੜਾ ਇਹ ਕਹਿੰਦਾ ਸੀ ਵੀ ਅਸੀਂ ਕੰਮ ਤੋਲੀਆਂ ਨੂੰ ਮਾਰਦੇ, ਨਾ ਸਾਡੇ ਅੰਦਾਜ਼ੇ ਹੈ ਨਾ ਮੁਤਾਲਾ, ਸਾਨੂੰ ਖੁਦਾ ਦੱਸਦਾ ਵਹੀ ਆਉਂਦੀ ਸਨ ਕਿ ਲੱਭ ਸਾਡਾ ਇਲਮ ਜਿਹੜਾ ਨਾ 100% ਸਹੀ ਹੈ। ਮੈਂ ਉਹਨਾਂ ਨੂੰ ਫੜ ਲਿਆ ਕਿ ਸਾਇੰਸਦਾਨ ਫਲਸੀ ਸਾਰੇ ਵਿਚਾਰੇ ਆਉਂਦੇ, ਸਾਡਾ ਅੰਦਾਜ਼ਾ ਯਾਰ ਕੋਈ ਪਤਾ ਨਹੀਂ ਠੀਕ, ਇਹ ਗ੍ਰੋਹ ਜਿਹੜਾ ਇਹਨਾਂ ਆਖਿਆ ਅੰਦਾਜ਼ਾ ਕੋਈ ਨਹੀਂ, ਸਾਡੇ ਕੋਲ ਹੱਕ ਹੈ, ਬਿਲਕੁਲ ਹਕੀਕਤ ਹੈ, ਕਿਉਂਕਿ ਅਸੀਂ ਨਹੀਂ ਬੋਲਦੇ ਖੁਦਾ ਬੋਲਦਾ। ਅਤੇ ਮੁੜ ਕੇ ਇਹਨਾਂ ਦਾ ਜੋ ਹਾਲ ਵੇਖਿਆ ਨਾ, ਮੈਂ ਨਹੀਂ ਗਿਆ ਮਰ ਗਿਆ, ਮੈਂ ਹਾਲ ਇਹ ਵੇਖਿਆ ਵੀ ਜਦੋਂ ਗੱਲਾਂ ਇਹਨਾਂ ਦੀਆਂ ਨਿਕਲੀਆਂ ਝੂਠੀਆਂ, ਇਹਨਾਂ ਨੇ ਕਿਹਾ ਵਿਆਹ ਹੋਣਾ ਨਾ ਹੋਇਆ, ਇਹਨਾਂ ਨੇ ਫਿਰ ਕਿਹਾ ਵੀ ਯਾਰ ਸਾਡਾ ਕੀ ਕਸੂਰ, 400 ਨਬੀ ਸੀ ਇਕੱਠਾ ਬਣੀ ਸਰਾਈ, ਜਿਹਨਾਂ ਨੂੰ ਵਕਤ ਦੇ ਬਾਦਸ਼ਾਹ ਨੇ ਬੁਲਾ ਕੇ ਪੁੱਛਿਆ, ਗੱਲ ਗੁਲਾਮ ਅਹਿਮਦ ਨੇ ਲਿਖੀ ਹੈ ਕਿ ਮੈਨੂੰ ਦੱਸੋ ਮੈਂ ਫਲਾਂ ਕੌਮ 'ਤੇ ਚੜ੍ਹਾਈ ਕਰਨਾ ਚਾਹੁੰਦਾ, ਮੈਨੂੰ ਫਤਿਹ ਹੋ ਗਈ, ਬਸ ਉਹ 400 ਨਬੀ ਨੇ ਕਿਹਾ ਤਾਂ ਤੂੰ ਚੜ੍ਹਾਈ ਕਰ ਫਤਿਹ ਪਾਉਣਾ, ਹਾਲਾਂਕਿ ਸ਼ਿਕਸਤ ਖਾ ਦੇ ਬਾਦਸ਼ਾਹ ਜਿਹੜਾ ਸੀ ਕਤਲ ਹੋ ਗਿਆ ਝੂਠੇ ਨਿਕਲੇ 400। ਇਹ ਮਿਰਜ਼ਾ ਗੁਲਾਮ ਅਹਿਮਦ ਨੇ ਕਿਹਾ ਨਾ ਮੇਰਾ ਨਿਕਾਹ ਮੰਜੀ ਬੋਲਣਾ ਹੋਣਾ, 15 ਮਹੀਨੇ ਦਿੱਤੀ ਅਬਦੁੱਲਾ ਆਖ ਮਰ ਜਾਣਾ, ਕੋਈ ਗੱਲ ਨਾ ਸੱਚੀ ਨਹੀਂ ਸੀ। ਅਤੇ ਲੋਕਾਂ ਨੇ ਆਖਿਆ ਯਾਰ ਤੂੰ ਅਜੀਬ ਨਬੀ ਨੇ, ਤੂੰ ਉਹਨਾਂ ਦਾ ਖੁਦਾ ਨੇ ਆਖਿਆ, ਉਹ ਗੱਲ ਨਹੀਂ, ਉਹਨੇ ਆਖਿਆ ਮੈਂ ਨਹੀਂ ਸੱਚਾ ਨਿਕਲਿਆ, ਤੇ ਉੱਥੇ ਕਿਹੜਾ 400 ਨਬੀ ਸੱਚਾ ਨਿਕਲਿਆ ਸੀ, ਉਹ 400 ਨਬੀ ਝੂਠਾ ਹੋ ਗਿਆ। ਇਹ ਮੈਂ ਹਵਾਲਾ ਦੇਖਣਾ ਮਿਰਜ਼ਾ ਨਾ ਨਹੀਂ ਲਿਆ, ਮੈਂ ਆਖਿਆ ਯਾਰ ਜਦੋਂ ਇਕੱਠਾ 400 ਨਬੀ ਝੂਠਾ ਹੁੰਦਾ, ਇਹਨਾਂ ਨਬੀਆਂ ਨੂੰ ਮੰਨਦਾ ਕੀ ਫਾਇਦਾ, ਫਿਰ ਇਸਲਾਮ ਛੱਡੀਏ ਵੀ ਖਾ। ਜਦੋਂ ਗੱਲ ਹੋਈ ਨਾ ਮਿਸਰਾ ਮਿਰਜ਼ਾਈ ਕੰਮ ਗਿਆ, ਗੱਲ ਉਹਨਾਂ ਸਮਝ ਵੀ ਉਹਨੇ ਜਰਾ ਫੜਿਆ, ਇਹੋ ਜਿਹੇ ਨਬੀਆਂ ਨੂੰ ਮੰਨਦਾ ਫਾਇਦਾ ਕੀ, ਜਦੋਂ ਉਹਨੂੰ ਗੱਲ ਕਰੀ ਕੱਲ ਨੂੰ ਆਖਣਾ ਯਾਰ ਕੀ ਕਰੀਏ, ਰੱਬ ਨੇ ਸਾਨੂੰ ਝੂਠਾ ਕਰ ਲਿਆ, ਬਈ ਜੇ ਨਬੀ ਝੂਠੇ ਹੋ ਸਕਦੇ 400 ਪੇਸ਼ ਲਈ, ਤੇ ਇਹੋ ਜਿਹੇ ਨਬੀਆਂ ਦਾ ਅਧਿਕਾਰ ਕਿਹੜਾ। ਮੁੜ ਕੇ ਕਿਹਾ ਜਦ ਸਾਡੇ ਹੱਥ ਖੜੇ, ਸਾਨੂੰ ਨਹੀਂ ਜਵਾਬ ਆਇਆ, ਮੇਰੇ ਰੱਬੇ ਚੱਲਣ, ਇਹ ਆਖਰੀ ਗੱਲ, ਫਿਰ ਰੱਬੇ ਮੈਂ ਬਿਲਕੁਲ ਵਕਤ ਲੈ ਲਓ ਰੱਬੇ ਚੱਲਣ, ਉਹਨਾਂ ਫਿਰ ਵਕਤ ਲੈ ਲਿਆ। ਉੱਥੇ ਆ ਬਸ਼ਰਾਮ ਕਾਲੂ ਸਾਹਿਬ, ਸਾਡੇ ਸਾਂਗੇ ਦੇ ਲਾਗੇ ਜਾ ਜਾਪਿਆ, ਉਹ ਇੰਚਾਰਜ ਮੁਨਾਦਰੇ ਕਰਦਾ, ਬਹਿਸਾਂ ਕਰਿਆ, ਉਹ ਕੋਈ ਵਕਤ ਲੈ ਲਿਆ। ਉੱਥੇ ਰਫੀਰ ਦਿਨ ਸਾਹਿਬ ਚਲੇ ਗਏ, ਇੱਕ ਗੱਡੀ 'ਚ ਮਰਵਾਈ ਚਲੇ ਗਿਆ, ਅਸੀਂ ਚਲੇ ਗਏ ਬਹਿ ਗਏ। ਉੱਥੇ ਜਿਸੇ ਬੈਠੇ ਉੱਥੇ ਮੈਂ ਇਹ ਗੱਲ ਕੀਤੀ, ਮੈਂ ਆਖਿਆ ਗੱਲ ਹੈ ਬਸ਼ਰ ਸਾਹਿਬ, ਮੇਰੇ ਕੋਲ ਹੀ ਆ ਕਾਦੀਆਨੀ, ਅਤੇ ਮੇਰੇ ਸ਼ਹਿਰ ਦਾ ਇਹ ਚੱਕ ਚਮਰੇ ਦਾ ਬੁੱਢਾ ਹੋਇਆ, ਉਹਨੂੰ ਮਿਲਣਾ ਕੀਤੀ ਗੱਲ 'ਚ, ਮੈਂ ਉਹਨੂੰ ਕਿਹਾ ਯਾਰ ਮਿਰਜ਼ੇ ਨੇ ਕੀ ਨਬੀ ਹੋਣਾ ਕੀ ਇਮਾਨ ਹੋਣਾ, ਉਸ ਅਕੀਮ ਕਿਤਾਬ 'ਤੇ ਲਿਖਿਆ ਕਿ ਇਮਾਨ ਬਿਨਾਂ ਚੰਦਰ ਬਿਨਾਂ ਕਈ ਨਹੀਂ ਦੋਵੇਂ ਆਉਣ ਗਿਆ, ਕਿ ਸਾਲ ਇਸਲਾਮ ਮਰ ਗਿਆ, ਮੈਂ ਇਕੱਲਾ ਨਹੀਂ ਆਉਂਦਾ, ਇਹਦੇ ਵੇਲੇ ਦੁਆਲ ਹਦੀਸਾਂ ਦਾ ਇਮਾਮ ਲਿਖ ਗਿਆ, ਅਤੇ ਮੈਂ ਉਸ ਬਾਬੇ ਨੂੰ ਆਖਿਆ ਵੀ ਗੱਲ ਇਹ ਹੈ ਵੀ ਚਲੋ ਈਸਾ ਅਲੈਹਿ ਸਲਾਮ ਮਰ ਗਿਆ, ਜੇ ਹੁੰਦਾ ਵੱਖਰੀ ਗੱਲ ਸੀ, ਮਿਰਜ਼ਾ ਆਪਣੇ ਕੋਲ ਲਿਖਦਾ, ਇਹ ਦੋ ਇਮਾਮਾਂ ਦਾ ਨਾਂ ਲੈ ਕੇ ਉਹਨੇ ਧੋਖਾ ਦਿੱਤਾ, ਇਹ ਮੈਨੂੰ ਕੱਢ ਕੇ ਦੇਵੇ ਵੀ ਦੁਨੀਆਂ ਦੀ ਕਿਸ ਕਿਤਾਬ 'ਚ ਉਹਨਾਂ ਦੋਵਾਂ ਨੇ ਲਿਖਿਆ, ਇਹਨੂੰ ਸੱਚਾ ਵੀ ਸਾਬਤ ਕਰੋ। ਉਸ ਬਾਬੇ ਨੇ ਆਖਿਆ ਵੀ ਆਹ ਗੱਲ ਯਾਰ ਬਿਲਕੁਲ ਨਵੀਂ ਆ, ਉਹ ਮਸਲੇ ਵੀ ਨਹੀਂ, ਇਹ ਜਦੋਂ ਸੱਚੇ ਝੂਠੇ ਹੁੰਦਾ ਫੈਸਲਾ ਕਰਨਾ ਪੈਣਾ, ਮੈਂ ਕਰ ਪਹਿਲਾਂ ਉਸਨੇ ਮੈਨੂੰ ਕੱਢ ਕੇ ਦੇਣਾ, ਕਿਤਾਬ ਮਰੀਆ 'ਚੋਂ ਕੱਢ ਕੇ ਦਿੱਤਾ, ਕਿਆ ਲਿਖਿਆ ਕਿ ਦੋਵੇਂ ਨਾਮ ਹੀ ਕਹਿ ਲਏ, ਖੱਤ ਲਿਖਿਆ ਉਹ 'ਤੇ ਮੈਂ ਲਿਖਿਆ ਕਿ ਮੈਂ ਕਿਹਾ ਲਾ ਵੀ
مسبختیلا اے مرزا غلام نے لکھا مرزے نے اتھے پہ جا پوتے نے جڑا بندن کرا جا ظاہرا کہ یا اپ جواب دو یار میں اتھے رب دے لے کوئی کتاب کڈ کے دین جو جنا دوان لکھیا کہ یا میرے کو دبا دبا تے پڑھوا لو وہ لکھ دے سنے جسم انسان علیہ السلام اسمان پہ کھایا گیا زندہ انہیں دوبارہ وہ لکھ دے چیخ بول دے حیران ہو گیا تین مرضی کہنے لگا بڑی گردی گل پڑی ہے ایڈا جھوٹ بولا خط کا جواب نہیں ہے انہیں پھر ریمائنڈر دیتا 14 روپے کے ٹکٹ کے مرزا صاحب جواب دو کوئی نہیں میں یہ نہ آخر مسل کہ اتنے سوال ہو رہی چیز ہوں تیرے کو کہ اتنے لائبریری بھی ہے این مرضی چار کو عالم نے ان کا کر کے دیں جتنے ابن تیمیہ اور ابن قیم نہیں لما پا گیا خاطی بالکل نہ رب گواہی اے نور والا جڑا سی مر گئی نا اے نا کیا سی میں بشر میرے سال کبھی نہیں لے کے پانی کے مجھے پیار مڑ کے اٹھ کے کیا ہوگا میں دے ماں نے دم یار نے کہیں گی کتاب ہی پڑھی میں نہیں پڑھی کوئی گا نہیں بشر صاحب پڑھ لو کسی وقت لا لو کسی پڑھو اور دماغ پڑھے جب وہ حوالہ لب دوں میں نے چاہ دے تو میں آج تک میں سواب نہیں لکھا گل وہ پڑھنی چاہیے دکھوں جتنے گل نہ کوئی کر سکے یہ جگہ تبسی کی طرف آ گئی اتنے بچ تنگ دے رہی میرا من اے گلا جڑی مسلا نہیں 490 کٹھا لکھا تو انہوں نے پیش گئی چیٹھی لکھی انہیں پھر کوئی نہیں رفیع الدین جواب آپ ایک گل نے پڑھی کہنے کا یونس علیہ السلام نے پیش گئی چیٹھی جنہوں نے تیسرے دن جواب آ جانا نہیں آئی اے گلا تسی بھی سن لو میری قدر کرو خاکی جانا نہیں میری گل منگا جو مرضی اتنے تم دے پہ نتوان میں ایک گھر تک پہنچا ہندو کا لگ پڑھا سر مجھے پتا کہ وہ کتنے دھوکھا دیں گے انہیں جب آخیا بس جو ساڈے نبی جی نے یار گلان کو سچیاں نکلیاں تھیں انہوں نے سر اسلام کی سچی نکلی انہوں نے بھی تو آخیا کہ تیسرے دن عذاب آنا وہ لوگوں نے توبہ کر لیا کر لیا عذاب کر لیا جب انہوں نے گل کی ہم تھی میرے سارے بھرا بیٹھے سارے اپنی طرح تفصیلات لکھنے والا آخیا میں آخیا بشر صاحب ہے گل سنو جب اصل ہوئی کتاب ہونے سے ہوں گے مولویوں نے لکھی قرآن حدیث میں قرآن چوں یا رسول اللہ کی زبانی وہ کھا دے بھی انہوں نے سر اسلام نے آخیا تین دن بعد عذاب آنا یہ نہ آیا آج میں یونس نے بھی چھڑ دینا تو قرآن نے بھی چھڑ دینا یہ دن ابھی من کی لوڑی پہ کہیں گا یار تو نواں بندہ میں کہا نواں نہیں کد قرآن کدھر انہوں نے آخیا چند دن بعد عذاب آنا اور کدھر رسول اللہ نے دسیا پیش گوئی کر دی پہلا اسی آپ چیٹھی کر لکھ دئیے ہیں جڑے اگلے تلے بن گئی میں منہ بخا کے یونس علیہ السلام پیش گئی تھی یونس علیہ السلام پیش گئی کر رہا کہ آسمان زمین کردان کردان نبی نہیں گل کر سکی نبی نہ رہا مذاق ہوا پھر میں رب چ کٹ کر اور میں پھر دس دی رکھی دن کہ سارے مرضی نے دس جو اچھے حال چ بلاؤ میرا لیکچر کراؤ نبی ہوتے کہ نبی ہوں کی ہے تو پھر کرو سوال میں تمہیں کم از کم یہ دسا تھی نو نہیں منگے پھر کہ ہم تو پہلے گل نہیں کراؤ جدہ میں نبی تھی دس دے جو غلطیاں کر دے گی وہاں کی پیش گئی جھوٹیاں نکلے یہ میں نے منگا پیدا کی ہے پھر ہوں گا اخبار کی رائے کہنے لگا آج تھی ایک نواں بندہ لبا میں میرے سامنے ایک نبی کی غلطی لایا میں نے گل نہیں سمجھ آئی تو میں اسلام ہی چھڑ دوں خدا آپ کے دے رہے ہو غلطیاں کر دے پھر نبی کہہ دے تو خود ہی اسی جھوٹ لکھ لیتے نا تو یوں صلی اللہ علیہ وسلم اور بتا کسی پر یہ اپنے کسی لکھتا موجود تو کیوں لکھ لے قرآن کے جو ہوں گا تو انہوں نے آکھا تین دن بعد آگا دوں میں رسول اللہ نے کوئی فرمایا اے دو گرلان کے لیے کہ 490 انہوں نے آکھا انہوں نے کس کوئی چھوٹی لگی کہ جو 400 چھوٹا ہو سکتا مرزا جی کسی بھی چھوٹے ہو سکتے جن کے کلے جو 400 پھر ایک بار کی رہی گا نبیوں کا منا کے قابل یہ نہیں